ਅਸਲਾਮੁਅਲੈਕੁਮ ਜੀ। ਅੱਜ ਨਾ ਫਿਰ ਉਸੇ ਪਿੰਡ ਉਸੇ ਜਗ੍ਹਾ ਦੇ ਅਤੇ ਅੱਜ ਮੇਲੇ ਦਾ ਪਹਿਲਾ ਦਿਨ ਅਤੇ ਅਸੀਂ ਜੁੜਨੇ ਹਾਂ ਇੱਥੇ ਪਿੰਡ ਦੀ ਜ਼ੀ ਮਸਤੀ ਹੀਰੋ ਜੱਟ ਸਾਹਿਬ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਜੱਟ ਸਾਹਿਬ, ਅੱਜ ਮੇਲੇ ਦਾ ਪਹਿਲਾ ਦਿਨ ਨੇ ਅਤੇ ਮੇਲੇ ਦੇ ਪਹਿਲੇ ਦਿਨ ਦੇ ਇੱਥੇ ਕਿਹੜੇ ਕਿਹੜੇ ਤਿਉਹਾਰ ਮਨਾਏ ਜਾਣੇ ਨੇ? ਤਿਉਹਾਰ ਆ ਜੀ, ਆ ਘੜੋਲੀਆਂ ਤਿਆਰ ਆ, ਚਾਦਰ ਲੈ ਕੇ ਚੱਲੇ ਹਾਂ ਪਿੰਡ ਦੇ ਵਿੱਚੋਂ ਦੀ ਜਾਣਾ ਹੈ। ਚੌਂਕ ਟੂ ਚੌਂਕ ਧਮਾਲ ਧਮਾਲ ਪਾਉਂਦੇ ਜਾਵਾਂਗੇ। ਠੀਕ ਹੈ, ਸੱਜਣ ਦੋਸਤ ਸਾਰੇ ਨਾਲ ਨੇ ਆਪਣੇ। ਅੱਛਾ, ਬਾਕੀ ਤਿਉਹਾਰ ਉੱਥੇ ਮਨਾਏ ਜਾਂਦੇ ਦਰਬਾਰ 'ਤੇ ਜਾ ਕੇ, ਘੋੜੀਆਂ ਨੱਚਦੀਆਂ, ਕਬੱਡੀ ਦੇ ਮੈਚ, ਢੱਗਿਆਂ ਦੀ ਦੌੜ, ਸਾਰਾ ਕੁਛ ਹੀ ਹੁੰਦਾ। 3 ਦਿਨ ਮੇਲਾ ਲੱਗਦਾ, ਅੱਜ ਪਹਿਲਾ ਦਿਨ ਹੈ ਮੇਲੇ ਦਾ, ਅਗਲੇ 2 ਦਿਨ ਹੋਰ ਮੇਲਾ ਲੱਗੇਗਾ। ਠੀਕ, ਹਾਂਜੀ, ਅਤੇ ਬਾਕੀ ਤਿਉਹਾਰ ਤੁਹਾਨੂੰ ਵਿਖਾਵਾਂਗੇ ਸਾਰੇ, ਇਨ ਸ਼ਾ ਅੱਲਾਹ ਤੁਹਾਨੂੰ ਮੇਲਾ ਇੰਜੋਏ ਕਰਵਾਵਾਂਗੇ। ਜਿਹੜੇ ਲੋਕ ਜਾ ਰਹੇ ਸੀ ਉਹ ਸਾਰੇ ਆਪਣੀਆਂ ਪੇਸ਼ਾਵਾਂ ਲੈ ਕੇ ਜਾਣਗੇ? ਬਿਲਕੁਲ, ਸਭ ਨੇ ਆ ਕੋਈ ਚਾਦਰ ਲੈ ਕੇ ਜਾ ਰਿਹਾ ਵਾ, ਕੋਈ ਘੜੋਲੀਆਂ ਲੈ ਕੇ ਜਾ ਰਿਹਾ, ਜਿੱਦਾਂ ਜਿੱਦਾਂ ਜਿਹੜੇ ਜਿਹੜੇ ਬੰਦੇ ਨੇ ਜਿਹੜੀ ਚੀਜ਼ ਦੀ ਸੁਪਨਾ ਸੁਖੀ ਉਹ ਹੋਈ ਉਹ ਲੈ ਕੇ ਜਾ ਰਿਹਾ। ਬਹੁਤ ਸ਼ੁਕਰੀਆ ਦਾ। ਜਿਹੜਾ ਲੰਗਰ ਹੈ ਤਿਆਰ ਹੋ ਰਿਹਾ ਜੀ, ਦੁਕਾਨਾਂ ਲੱਗੀਆਂ ਨੇ, ਮੇਲਾ ਪੂਰਾ ਸਜਿਆ, ਮੇਲੇ ਦਾ ਪਹਿਲਾ ਦਿਨ ਅੱਜ। ਛਾਪੇ ਛੁਪੇ ਲੱਗੇ ਨੇ, ਫਰੂਟ ਜੂਸ, ਫੈਸ਼ਨ, ਸਮਝ ਲਓ ਕਿ ਪਿੰਡ ਦਾ ਮੇਲਾ ਜੀ, ਇਹਦੇ ਬਾਰੇ ਤੋਂ ਹਰ ਸ਼ਾਇਦ ਜਿਹੜੀ ਮਿਲ ਰਹੀ ਹੈ। ਮੇਲੇ ਦਾ ਪੂਰਾ ਚਸ ਲੈ ਰਹੇ ਹਾਂ, ਜਿਹਨੇ ਮੇਲੇ ਦੀ ਚਸ ਲੈਣੀ ਹੈ। ਹਾਲੇ ਪਹਿਲਾ ਦਿਨ, 2 ਦਿਨ ਅੱਗੋਂ ਪਏ ਨੇ, ਦੂਸਰਾ ਤੀਸਰਾ, ਅਤੇ ਆਈਏ ਮੇਲੇ ਦੀ ਚਸ ਲਏ 75 ਲੋਕ, ਫੈਸਲਾਬਾਦ ਵਰਿਆਮ ਸਿੰਘ ਇਹ ਵੀ ਖਲੋਤਾ ਜੀ, ਪਾਕ ਫੌਜ ਕੋ ਸਲਾਮ ਹੈ ਇਹਨਾਂ ਦਾ, ਜਿਹੜਾ ਨਾ ਰੋਕੇਟ। ਹੋਰ ਕੀ ਰਾਜੀ ਹੋਏ ਨਾ, ਇਹ ਬਾਲ ਲਾਜ਼ਮੀ ਰਾਜੀ ਹੋਣ, ਬਾਲ ਪਏ ਬੜੇ ਖੁਸ਼ ਹੋਣ। ਇਹ ਜਨਾਬ ਹੈ ਸੁੱਟੇ ਪਾਸੇ ਚੱਲ ਰਹੀ, ਸੁੱਟੇ ਪਾਸੇ ਵੀ ਜਨਾਬ ਪੂਰੀ ਚੱਲ ਰਹੀ ਹੈ ਮੇਲੇ 'ਚ। ਔਰਤਾਂ ਦੀ ਜੀਆਂ ਚੂੜੀਆਂ ਛੂੜੀਆਂ ਹਰ ਸ਼ਾਇਦ, ਇੱਥੇ ਤੱਕ ਮੇਕਅਪ ਦਾ ਸਮਾਨ ਵੀ ਇੱਥੇ ਮੇਲੇ ਦਾ ਮਿਲ ਰਿਹਾ। ਅਤੇ ਮੇਲਾ ਨਹੀਂ, ਪੂਰਾ ਬਾਜ਼ਾਰ ਹੈ, ਪੂਰਾ ਲਾਹੌਰ ਬਾਜ਼ਾਰ ਹੈ, ਦੇਖ ਸਕਦੇ ਜੀ। ਹੀਰੋ ਸਾਹਿਬ, ਮੈਂ ਕਿਹਾ ਕਿ ਹੋਰ ਕੋਈ ਰਾਜ਼ੀ ਹੋਏ ਨਾ, ਇਹ ਬਾਲ ਬੜੇ ਰਾਜ਼ੀ ਹੋਣਗੇ, ਬਾਲਾਂ ਦੀਆਂ ਬੜੀਆਂ ਛਾਵਾਂ ਪਈਆਂ। ਔਰ ਬਈ ਇਹ ਜੀ ਖਤਮ ਸ਼ਰੀਫ ਹੋ ਰਿਹਾ ਵੀ, ਜਿਹੜੀ ਮੇਲੇ ਦੀ ਇੰਤਜ਼ਾਮੀਆਂ ਬੈਠੀ ਅਤੇ ਖਤਮ ਸ਼ਰੀਫ ਤਾਂ ਹੋ ਗਿਆ।
ਤੇ ਉਸ ਤੋਂ ਬਾਅਦ ਹੁਣ ਜਿਹੜਾ ਲੰਗਰ ਸ਼ੁਰੂ ਹੋਏਗਾ ਹੀਰੋ ਸਾਹਿਬ ਜੀ, ਇਸ ਤੋਂ ਬਾਅਦ ਹੁਣ ਲੰਗਰ ਸ਼ੁਰੂ ਹੋਏਗਾ, ਲੰਗਰ ਸ਼ਾਮ ਨੂੰ ਸ਼ੁਰੂ ਹੋਏਗਾ ਸ਼ਾਮੀ 4 ਵਜੇ ਤੋਂ ਬਾਅਦ। ਅੱਛਾ, ਤੇ ਆ ਜਿਹੜਾ ਹੁਣ ਖਤਮ ਦਵਾਇਆ ਇਹ ਬਾਤ ਖਤਮ ਦਵਾ ਕੇ 4 ਵਜੇ ਤੋਂ ਬਾਅਦ ਮੁੜ ਕੇ ਵਾਮ ਨੇ ਆ ਜਾਣਾ ਕਬੱਡੀ ਦਾ ਮੈਚ, ਉਦੋਂ ਲੰਗਰ ਸ਼ੁਰੂ ਹੋ ਜਾਣਾ 4 ਵਜੇ। 4 ਵਜੇ ਚਲੋ ਜੀ, 4 ਵਜੇ ਦਾ ਇੰਤਜ਼ਾਰ ਕਰਨੇ ਆ, ਫਿਰ ਕਬੱਡੀ ਦਾ ਮੈਚ ਵਿਖਾਉਂਦੇ ਹਾਂ ਸਾਰੇ ਯਾਰਾਂ ਸਜਣਾ। ਔਰ ਜੀ ਚਲਾ ਜੀ, ਸਭ ਓਕੇ ਇੰਜੋਏ ਕਰ ਰਹੇ ਹੋ? ਇਹ ਤਾਂ ਦੌੜ ਲੱਗੇ ਨੇ, 4-5 ਤਾਂ ਦੌੜ ਲੱਗੇ ਨੇ ਨਾਲ ਨਾਲ। ਜਿੱਥੇ ਦੇਖਾ ਕੇ ਤੁਹਾਨੂੰ ਦਿਖਾਈਆਂ ਬਣ ਰਹੀਆਂ ਨੇ ਰੋਟੀਆਂ, ਇੱਥੋਂ ਬਣਨੀਆਂ ਹਲੀਮ ਉੱਧਰ ਬਣ ਰਹੀ ਹੈ, ਅਤੇ ਸ਼ਾਮੀ ਜਿਹੜਾ ਨਾ ਫਿਰ ਲੰਗਰ ਹੋਏਗਾ ਸਾਰੀ ਵਾਮ ਵਾਸਤੇ। ਨਾਲੇ 4 ਵਜੇ ਕਬੱਡੀ ਵੀ ਹੈ ਅਤੇ ਅਸੀਂ ਕਬੱਡੀ ਦਾ ਇੰਤਜ਼ਾਰ ਕਰਦੇ ਹਾਂ। ਜੀ ਇਹ ਮੇਲੇ ਦਾ ਮੇਨ ਪੁਆਇੰਟ ਝੂਲਿਆਂ ਵਾਲਾ, ਠੀਕ ਹੈ। ਜੇ ਮੇਲੇ 'ਚ ਹਰ ਸ਼ੈ ਹੋ ਸਕਦੀ ਤਾਂ ਝੂਲੇ ਕਿਉਂ ਨਹੀਂ ਹੋ ਸਕਦੇ? ਅਤੇ ਜੇ ਤੁਸੀਂ ਆਉਂਦੇ ਹੋ ਕਿ ਅਸੀਂ ਝੂਲੇ ਨਹੀਂ ਲੈ ਰਹੇ, ਅਸੀਂ ਆਪਣੇ ਵੀਰ ਨੂੰ ਝੂਲੇ ਦਵਾਏ ਨੇ, ਇਹਨੂੰ ਮਸਾਂ ਕਨੇਡਾ ਤੋਂ ਰੋਕ ਕੇ ਲਿਆਏ ਹਾਂ, ਇਹ ਕਨੇਡਾ ਦੀ ਗੱਡੀ ਚੜ ਗਿਆ ਸੀ, ਘੋੜੇ 'ਤੇ ਬਹਿ ਕੇ ਕਨੇਡਾ ਚੱਲ ਚੱਲਾ ਸੀਗਾ। ਇੱਕ ਕਹਿੰਦਾ ਮੈਂ ਆਸਟ੍ਰੇਲੀਆ ਜਾਣਾ, ਇਹ ਕਹਿੰਦਾ ਮੈਂ ਕਨੇਡਾ ਜਾਣਾ ਵਾ, ਅਤੇ ਇਹ ਕਹਿੰਦਾ ਉਹਨੂੰ ਮੈਂ ਰਸਤੇ 'ਚ ਲਾਈ ਜਾਵਾਂਗਾ। ਇੰਜੋਏ ਕਰਨੇ ਆ ਨਾਲ ਨਾਲ ਹੁਣ ਖਾਵਾਂਗੇ। ਕਿਉਂ ਜੀ, ਮੈਂ ਕਿਹਾ ਜਿੱਥੇ ਇੰਨਾ ਫਿਰਨਦੇ ਆ ਨਾਲ ਕੁਛ ਖਾ ਪੀ ਵੀ ਲਈਏ। ਕੀ ਖਾਣਾ ਪਸੰਦ ਕਰੋਗੇ ਜੀ? ਆਪਾਂ ਹੁਣ ਚੱਲੇ ਹਾਂ ਆਪਣੇ ਇਸ ਵਲੋਗ ਦਾ ਪਾਰਟ 2 ਕਰਨ, ਹੁਣ ਵੇਖਣ ਚੱਲੇ ਆਪਾਂ ਕਬੱਡੀ ਸ਼ਬੱਡੀ ਮੇਲੇ ਦੇ। ਕਿਉਂ ਜੀ ਸਹੇਲਾ ਸਹੇਲਿਆ ਦੇ ਵੀ ਅੱਜ ਕਬੱਡੀ ਦੇ ਮੈਦਾਨ 'ਚ ਟੋਰ ਦੇਣਾ। ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜੀ, ਉਹ ਦੇਖੋ ਉਹ ਕਿੰਨੀ ਖਲਕਤ ਖਲੋਤੀ ਹੈ, ਠੀਕ ਹੈ। ਮੇਲਾ ਸਜਿਆ ਹੋਇਆ ਅਤੇ ਇੱਥੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਬੱਡੀ ਦਾ ਮੈਚ, ਠੀਕ ਹੈ। ਛੋਟੀ ਛੋਟੀ ਹਾਈਲਾਈਟਸ ਉਹ ਵੀ ਲਾਜ਼ਮੀ ਦੇਖੋ, ਅਤੇ ਚੈਨਲ ਨੂੰ ਫਿਰ ਮੈਂ ਕਹਿ ਰਿਹਾ ਕਿ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਕਿਸਾਈ ਦਾ ਪੁੱਤ ਹੈ, ਚਾਕਾ ਕਿਸਾਈ, ਚਾਕਾ ਕਿਸਾਈ ਅਬਦਰ ਰਜ਼ਾਕ ਅਲਮਰੂਫ ਚਾਕਾ ਪਾਕਿਸਤਾਨ ਆਰਮੀ। ਨੰਬਰ ਹੋ ਗਿਆ ਜੀ ਜਾਕੇ ਕਿਸਾਈ ਦਾ, ਨੰਬਰ ਹੋ ਗਿਆ 75 ਲੋਕੇ ਦਾ। ਕਬੱਡੀ ਦਾ ਮੈਚ ਜਿਹੜਾ ਉਹ ਤੁਸੀਂ ਦੇਖਿਆ, ਦੇਖ ਸਕਦੇ ਹੋ ਕਿ ਸ਼ਾਮ ਦਾ ਟਾਈਮ ਹੋ ਗਿਆ ਜੀ। ਪਹਿਲੇ ਦਿਨ ਦੇ ਨਜ਼ਾਰੇ ਦਾ ਆ ਗਿਆ ਜੀ ਇਖਤਤਾਮ। ਆਪਾਂ ਸੁਬਾਹ ਮੇਲੇ ਵਾਸਤੇ ਤਿਆਰੀ ਕੀਤੀ, ਫਿਰ ਦਰਬਾਰ 'ਤੇ ਹਾਜ਼ਰੀ ਦਿੱਤੀ, ਹਾਜ਼ਰੀ ਦੇਣ ਤੋਂ ਬਾਅਦ ਜਨਾਬ ਚਿੱਲੇ ਕੀਤਾ, ਇੰਜੋਏ ਕੀਤਾ, ਉਸ ਤੋਂ ਬਾਅਦ ਤੁਹਾਨੂੰ ਕਬੱਡੀ ਵੀ ਦਿਖਾਈ, ਆਪ ਵੀ ਕਬੱਡੀ ਦੇਖੀ। ਫਿਰ ਸਾਰੇ ਨਜ਼ਾਰਿਆਂ ਤੋਂ ਬਾਅਦ ਇੱਕ ਨਜ਼ਾਰਾ ਆਉਂਦਾ ਜਿਹੜਾ ਬੰਦੇ ਨੂੰ ਨਜ਼ਾਰੇ ਵਿਖਾ ਦਿੰਦਾ। ਜੇ ਬੰਦਾ ਮੇਲੇ ਦੇ ਵਿੱਚ ਆ ਕੇ ਉਹ ਨਜ਼ਾਰਾ ਹੀਰੋ ਸਾਹਿਬ ਮਿਸ ਕਰਦੇ ਤਾਂ ਗੱਲ ਮਾੜੀ ਹੈ। ਹੁਣ ਤੁਸੀਂ ਕਹਿੰਦੇ ਉਹਨੂੰ ਨਜ਼ਾਰਾ ਕਿਹੜਾ? ਉਹ ਨਜ਼ਾਰੇ ਜਨਾਬ ਸਾਰੇ ਲਿਆਉਂਦੇ ਨੇ, ਭਲਾ ਨਾ ਰੋਏ ਭਲਾ ਮਾਦਾ। ਇਹ ਤੁਸੀਂ ਦੇਖ ਸਕਦੇ ਹੋ ਅਤੇ ਆਪਣੇ ਸਾਰੇ ਵੀਰ ਭਰਾ ਬੈਠੇ ਨੇ। ਇਹ ਹੁਣ ਜਨਾਬ ਹੈ, ਪਹਿਲੇ ਦਿਨ ਅਸੀਂ ਸਾਰਿਆਂ ਰਲ ਕੇ ਇੰਜੋਏ ਕੀਤਾ। ਜਲਾ ਸੰਧੂ ਸਾਹਿਬ, ਮੀਆਂ ਸਾਹਿਬ, ਠੀਕ ਹੈ, ਸੇਲਾ ਸਾਹਿਬ, ਮਲਕ ਬਿਲਾਲ ਸਾਹਿਬ, ਅਤੇ ਇਹ ਮਰੂਫੋ ਮਸ਼ਹੂਰ ਸ਼ਖਸੀਅਤ ਹੀਰੋ ਜੱਟ ਸਾਹਿਬ, ਅਤੇ ਮੈਨੂੰ ਤਾਂ ਤੁਸੀਂ ਜਾਣਦੇ ਹੋ। ਅਤੇ ਬਾਕੀ ਇਹ ਦੇਖ ਲਓ, ਹੁਣ ਇਸ ਤੋਂ ਬਾਅਦ ਅੱਜ ਦੇ ਮੇਲੇ ਦੇ ਪਹਿਲੇ ਦਿਨ ਦਾ ਇਖਤਤਾਮ, ਕੱਲ੍ਹ ਮੇਲੇ ਦਾ ਦੂਸਰਾ ਦਿਨ, ਕੱਲ੍ਹ ਦਿਖਾਵਾਂਗੇ ਕਿ ਦੂਜਾ ਦਿਨ ਸਾਡਾ ਕਿਵੇਂ ਦਾ ਲੰਘਿਆ। ਓਕੇ ਜੀ, ਚੁੱਕ ਲਓ ਬਾਈ, ਓਕੇ।